ਜੇਕਰ ਤੁਸੀਂ ਅਜੇ ਤੱਕ ਗੁਰਦੇ ਚਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਰੈੱਡ ਬਟਨ ਉੱਤੇ ਕਲਿੱਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਸ ਤੋਂ ਬਾਅਦ ਘੰਟੀ ਦੇ ਆਈਕਨ ਉੱਤੇ ਕਲਿੱਕ ਕਰਕੇ 올 ਦੇ ਬਟਨ ਨੂੰ ਸਿਲੈਕਟ ਕਰੋ ਜਿਸ ਨਾਲ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਰਹੇ ਜੇਕਰ ਤੁਸੀਂ ਆਪਣੇ ਘੋੜੇ ਦੀ ਐਡ YouTube ਚੈਨਲ ਉੱਤੇ ਲਵਾਉਣਾ ਚਾਹੁੰਦੇ ਹੋ ਜੋ ਨੰਬਰ ਤੁਹਾਨੂੰ ਸਕਰੀਨ ਉੱਤੇ ਸ਼ੋਅ ਹੋ ਰਿਹਾ ਤੁਸੀਂ ਇੱਥੇ ਪੰਜ ਸੱਤ ਫੋਟੋਆਂ ਤੇ ਇੱਕ ਮਿੰਟ ਦੀ ਵੀਡੀਓ ਬਣਾ ਕੇ ਆਪ ਨੂੰ ਭੇਜ ਸਕਦੇ ਹੋ ਜੀ ਉਸ ਤੋਂ ਬਾਅਦ ਆਪਣੀ ਐਡ YouTube ਚੈਨਲ ਉੱਤੇ ਲਵਾ ਸਕਦੇ ਹੋ ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰੇ ਵੀਰਾਂ ਦਾ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਆਪਣੀਆਂ ਹੋਰ ਨਵੀਆਂ ਤੇ ਤਾਜ਼ੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਫਿਰ ਇੱਕ ਹੀ ਸਬਸਕ੍ਰਾਈਬ ਹੁੰਦਾ ਵੀਰੇ ਫਿਰ ਇੱਕ ਹੀ ਕਰ ਦਿਆ ਕਰੋ ਵੀਰੇ ਇਸ ਵੀਡੀਓ ਵਿੱਚ ਆਪਣੇ ਕੋਲੇ ਪਿਓਰ ਮਾਰਵਾੜੀ ਘੋੜੀ ਹੈ ਜੀ ਪੰਜ ਕਲਿਆਣ ਤੇ ਜੇਕਰ ਆਪਾਂ ਹੁਣ ਇਹਦੀ ਹਾਈਟ ਦੀ ਗੱਲ ਕਰੀਏ ਤਾਂ 58 ਇੰਚ ਫੱਟੀ ਵਾਲੀ ਇਹਦੀ ਹਾਈਟ ਆ ਤੇ ਜੋ ਅਰੇਬੀਆ ਚਾਲ ਚਲਦੀ ਹੈ ਇਹ ਘੋੜੀ ਦੋਨੇ ਚਾਲਾਂ ਚਲਦੀ ਹੈ ਅਰੇਬੀਆ ਚਾਲ ਇਹਦੀ 38 ਤੋਂ 40 ਚਲਦੀ ਹੈ ਜੀ ਤੇ ਕੋੜੇ ਤੋਂ ਮਿਲਾਈ ਹੋਈ ਹੈ ਜੀ 15 ਤੋਂ 20 ਦਿਨ ਹੋ ਗਏ ਤੇ ਘੋੜਾ ਜੀ ਬਨਾਰਾਜ ਲਾਈਨ ਦਾ ਜੀ ਉਸ ਘੋੜੇ ਤੋਂ ਇਹ ਮਿਲਾਈ ਹੋਈ ਹੈ ਜੀ ਤੇ ਜੇਕਰ ਆਪਾਂ ਘੋੜੀ ਦੀ ਉਮਰ ਬਾਰੇ ਗੱਲ ਕਰੀਏ ਤਾਂ 3 3.5 ਸਾਲੇ ਦੀ ਉਮਰ ਹੈ ਜੀ ਬਨਾਰਾਜ ਘੋੜੇ ਤੋਂ ਮਿਲਾਈ ਹੋਈ ਹੈ ਜੀ ਤੇ ਜੇਕਰ ਇਸ ਦੇ ਪ੍ਰਾਈਸ ਦੀ ਆਪਾਂ ਡਿਮਾਂਡ ਬਾਰੇ ਗੱਲ ਕਰੀਏ ਤਾਂ 1,10,000 ਰੁਪਏ ਇਸ ਦੇ ਪ੍ਰਾਈਸ ਦੀ ਡਿਮਾਂਡ ਆ ਤੇ ਜੋ ਮਾਰਗਵੀਰਾਂ ਦਾ ਏਰੀਆ ਹੈ ਸ਼੍ਰੀ ਗੰਗਾ ਨਗਰ ਏਰੀਆ ਰਾਜਸਥਾਨ ਚ ਹੈ ਜੋ ਉਹ ਏਰੀਆ ਵੀਰਾਂ ਦਾ ਤੇ ਨਾਮ ਵੀਰਾਂ ਦਾ ਸੁਖਵਿੰਦਰ ਸਿੰਘ ਨਾਮ ਹੈ ਜੀ ਤੇ ਜੋ ਮਾਲਕ ਵੀਰਾਂ ਦਾ ਨੰਬਰ ਉਹ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਅਤੇ ਵੀਡੀਓ ਦੇ ਟਾਈਟਲ ਵਿੱਚ ਮਿਲ ਜਾਊਗਾ ਜੀ ਤੇ ਜਿਹੜੇ ਵੀਰ ਬਾਲਪੌਰੀਆਂ ਦਾ ਵਹਿਮ ਭਰਮ ਕਰਦੇ ਆ ਮੈਂ ਉਹਨਾਂ ਨੂੰ ਗੱਲ ਇੱਕ ਕਲੀਅਰ ਕਰ ਦੇਣਾ ਚਾਹਉਨਾ ਕਿ ਇਹ ਕੋੜੀ ਬਾਲਪੌਰੀਆਂ ਦੀ ਬਿਲਕੁਲ ਕਲੀਅਰ ਆ ਤੇ ਬਹੁਤ ਹੀ ਚੰਗੀ ਘੋੜੀ ਹੈ ਜੀ ਬਹੁਤ ਵਧੀਆ ਸੁੰਬ ਨੇ ਕੰਨਾਂ ਦੀ ਪੂਰੀ ਸ਼ਕੀਨਾ ਤੇ ਜੇਕਰ ਆਪਾਂ ਹੁਣ ਇਸ ਦੀ ਗੱਲ ਕਰੀਏ ਮਾਰਕਿੰਗ ਦੀ ਤਾਂ ਪੰਜ ਕਲਿਆਣ ਘੋੜੀ ਹੈ ਜੀ ਚਾਰੋਂ ਪੈਰ ਚਿੱਟੇ ਨੇ ਮੱਥੇ ਫੁੱਲ ਹੈ ਜੀ ਤੇ ਸਾਰੇ ਵੀਰ ਜਿਹੜੇ ਵੀਰ ਆਪਣੀ ਵੀਡੀਓ ਨੂੰ ਦੇਖ ਕੇ ਜਾਨਵਰ ਲੈਂਦੇ ਆ ਆਪਣੀ ਤਸੱਲੀ ਨੂੰ ਸਾਇਦ ਪੂਰਾ ਕਰਕੇ ਜਾਨਵਰ ਨੂੰ ਚੰਗੀ ਤਰ੍ਹਾਂ ਦੇਖ ਪਰਖ ਕੇ ਸਵਾਰੀ ਕਰਕੇ ਜਾਨਵਰ ਤੇ ਉਸ ਤੋਂ ਬਾਅਦ ਖਰੀਦਿਆ ਕਰੋ ਵੀਰੇ ਸਵਾਰੀ ਦੀ ਘੋੜੀ ਪਾਸਾ ਤੇ ਬਹੁਤ ਹੀ ਚੰਗੀ ਅਤੇ ਸੀਲ ਘੋੜੀ ਹੈ ਜੀ ਘਰੇ ਰੱਖਣ ਵਾਲੀ ਵਧੀਆ ਘੋੜੀ ਹੈ ਜੀ ਤੇ ਜਿੰਨੇ ਵੀਰਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਤੇ ਜਿਹੜੇ ਵੀਰ ਵੀਡੀਓ ਨੂੰ ਤੇ ਦੇਖ ਕੇ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਵੀਰੇ ਸਾਰੇ ਸਬਸਕ੍ਰਾਈਬ ਕਰਿਆ ਕਰੋ ਤੇ ਇੱਕ ਗੱਲ ਹੋਰ ਵੀਰੇ ਜਿਹੜੇ ਵੀਰਾਂ ਨੇ ਘੋੜੀ ਨੂੰ ਲੈਣਾ ਹੁੰਦਾ ਹੈ ਉਹੀ ਮਾਲਕ ਵੀਰ ਨਾਲ ਗੱਲਬਾਤ ਕਰਿਆ ਕਰੋ ਵੀਰੇ ਨਾ ਤਾਂ ਵੀਰੇ ਕੀਮਤੀ ਸਮਾਨ ਮਾਲਕ ਵੀਰਾਂ ਦਾ ਖਰਾਬ ਕਰੋ ਤੇ ਨਾ ਤੁਸੀਂ ਆਪਣਾ ਕਰੋ ਸਾਰੇ ਵੀਰਾਂ ਜਿਨ੍ਹਾਂ ਨੇ ਵੀਡੀਓ ਨੂੰ ਦੇਖਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕਸ ਫੋਰ ਵਾਚਿੰਗ